ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਅਤੇ ਸਾਂਸਦ ਸ਼ਵੇਤ ਮਲਿਕ ਨੇ ਕੇਂਦਰ ਸਰਕਾਰ ਦੀ ਫਿਟ ਇੰਡੀਆ ਯੋਜਨਾ ਦੇ ਤਹਿਤ ਆਨੰਦ ਐਵੇਨਿਊ ਪਾਰਕ ਵਿਖੇ ਓਪਨ ਏਅਰ ਜਿਮ ਦਾ ਸ਼ੁਭਾਰੰਭ ਕੀਤਾ। ਉਨ੍ਹਾਂ ਆਖਿਆ ਕਿ ਫਿਟ ਇੰਡੀਆ ਯੋਜਨਾ ਦੇ ਤਹਿਤ ਅੰਮ੍ਰਿਤਸਰ ਦੇ ਵੱਖ ਵੱਖ ਪਾਰਕਾਂ ਵਿੱਚ 100 ਓਪਨ ਏਅਰ ਜਿਮ ਲਗਾਏ ਜਾ ਰਹੇ ਹਨ। ਫਿਟ ਇੰਡੀਆ ਸਕੀਮ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤਮੰਦ ਰੱਖਣਾ ਹੈ। ਜ਼ਿਲ੍ਹਾ ਬੀਜੇਪੀ ਪ੍ਰਧਾਨ ਸੁਰੇਸ਼ ਮਹਾਜਨ, ਹਰਵਿੰਦਰ ਸਿੰਘ ਸੰਧੂ, ਵਰੁਣ ਪੁਰੀ, ਅਰਜੁਨ ਮਲਿਕ ਸਮੇਤ ਕਈ ਲੋਕ ਮੌਜੂਦ ਸਨ। ਓਪਨ ਜਿਮਨੇਜ਼ੀਅਮ ਦਾ ਅੱਜ ਸ਼ੁਭਾਰੰਭ ਸੀ। ਮੈਂ ਬਹੁਤ ਮੁਬਾਰਕ ਦਿੰਦਾ ਐਸੋਸੀਏਸ਼ਨ ਨੂੰ, ਕਿਉਂਕਿ ਇਹ ਵਾਰਡ ਇੱਕ ਪਰਿਵਾਰ ਦੀ ਤਰ੍ਹਾਂ ਹੈ। ਜਿਹੜਾ ਓਪਨ ਜਿਮ ਹੈ, ਮੋਦੀ ਜੀ ਦੀ ਸੋਚ ਹੈ ਫਿੱਟ ਇੰਡੀਆ, ਕਿ ਮੋਦੀ ਜੀ ਕਹਿੰਦੇ ਨੇ ਕਿ ਸਵੱਸਥ ਸਰੀਰ ਵਿੱਚ ਸਮ੍ਰਿੱਧ ਇੱਕ ਦੇਸ਼ਵਾਸੀ ਦਾ ਨਿਰਮਾਣ ਹੁੰਦਾ ਹੈ। ਔਰ ਯੋਗਾ, ਅੱਜ ਮੋਦੀ ਜੀ ਨੇ ਇੰਟਰਨੈਸ਼ਨਲ ਲੈਵਲ 'ਤੇ ਯੋਗਾ ਸਾਰੇ ਪਾਸੇ ਪ੍ਰਚਲਿਤ ਹੈ, ਸਾਰੀ ਦੁਨੀਆ ਦੇ ਵਿੱਚ ਯੋਗਾ ਦਾ ਪ੍ਰਚਲਨ ਹੋ ਰਿਹਾ, ਔਰ ਹਰ ਦੇਸ਼ ਜਿਹੜਾ ਉਹ ਯੋਗਾ ਡੇ ਮਨਾਉਣਾ ਸ਼ੁਰੂ ਹੋ ਗਿਆ। ਸਾਡੀ ਸੰਸਕ੍ਰਿਤੀ ਨੂੰ ਮੋਦੀ ਜੀ ਘਰ ਘਰ ਤੱਕ ਲੈ ਕੇ ਗਏ ਨੇ। ਸੋ ਮੈਂ ਵੀ ਇਹੀ ਸੋਚਿਆ ਦਿੱਲੀ 'ਚ ਜਦੋਂ ਮੈਂ ਜਿਮ ਲੱਗੇ ਦੇਖੇ ਕਿ ਅੰਮ੍ਰਿਤਸਰ 'ਚ ਜਿਮ ਲਾਉਣੇ ਨੇ, 100 ਜਿਮ ਲਾਉਣ ਦਾ ਇੱਕ ਟੀਚਾ ਲਿੱਤਾ, ਔਰ 100 ਹੀ ਨਹੀਂ, ਇਸ ਤੋਂ ਬਾਅਦ ਇਹ ਟੀਚਾ ਹੋਰ ਵਧਾਵਾਂਗੇ ਅਸੀਂ ਕਿ ਕੋਈ ਪਾਰਕ ਨਹੀਂ ਰਹਿਣ ਦੇਣਾ ਜਿਹਦੇ 'ਚ ਕਿ ਜਿਮ ਨਾ ਲੱਗਾ ਹੋਏ, ਕਿ ਲੋਕਾਂ ਨੂੰ ਕਮਰਸ਼ੀਅਲ ਜਿਮ ਜਾਣ 'ਚ ਬਹੁਤ ਖਰਚਾ ਹੁੰਦਾ ਹੈ, ਪੈਸੇ ਖਰਚ ਹੁੰਦੇ ਨੇ, ਔਰ ਸਮੇਂ ਵੀ ਲੱਗਦਾ ਹੈ। ਸੋ ਇਹ ਫ੍ਰੀ ਜਿਮ ਹੈ, ਇਹਦੇ 'ਤੇ ਕੋਈ ਨਿਸ਼ੁਲਕ ਹੈ, ਕੋਈ ਕਿਸੇ ਤਰ੍ਹਾਂ ਦੀ, ਔਰ 1 ਸਾਲ ਦੀ ਗਰੰਟੀ ਵੀ ਹੈ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਏਗੀ ਤਾਂ 1 ਸਾਲ ਦੇ ਵਿੱਚ ਮਸ਼ੀਨਾਂ ਗਰੰਟੀ ਸ਼ੁਦਾ ਨੇ। ਸੋ ਨਾਲ ਹੀ ਮੈਂ ਇੱਥੇ ਇੱਕ ਲਾਈਟ ਦਾ ਉਦਘਾਟਨ ਇਹਨਾਂ ਨੂੰ ਕਿਹਾ ਕਿ ਲਾਈਟ ਇਸ ਤੋਂ ਬਾਅਦ ਜੋ ਐਸੋਸੀਏਸ਼ਨ ਦੀ ਮੰਗ ਹੈ, ਇੱਕ ਖੂਬਸੂਰਤ ਲਾਈਟ ਲਗਵਾ ਕੇ ਦਿਆਂਗੇ। ਸ਼ਵੇਤ ਮਲਿਕ ਜੀ ਦੁਆਰਾ ਅੱਜ ਜੋ ਆਨੰਦ ਐਵਨਿਊ ਪਾਰਕ 'ਚ ਜਿਮ ਦਾ ਉਦਘਾਟਨ ਕੀਤਾ ਗਿਆ, ਮੈਂ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ, ਔਰ ਇਹ ਜਿਮ ਦਾ ਉਹ ਪੂਰਾ ਉਪਯੋਗ ਕਰਨ ਔਰ ਉਹਨਾਂ ਨੂੰ ਸੰਭਾਲ ਕੇ ਰੱਖਣ। ਬਹੁਤ ਬਹੁਤ ਧੰਨਵਾਦ। ਸਾਡੇ ਹਰਮਨ ਪਿਆਰੇ ਨੇਤਾ, ਸਾਡੇ ਮੈਂਬਰ ਪਾਰਲੀਮੈਂਟ ਸ਼ਵੇਤ ਮਲਿਕ ਜੀ ਨੇ ਪੂਰਾ ਕਰ ਰਹੇ ਨੇ। ਅੱਜ ਉਹਦੇ ਅੰਤਰਗਤ ਇਹਨਾਂ ਨੇ 100 ਜਿਮ ਦਾ ਜਿਹੜਾ ਟੀਚਾ ਲਾਇਆ ਸੀ, ਉਹਨਾਂ 'ਚੋਂ ਇੱਕ ਜਿਮ ਇੱਥੇ ਅੱਜ ਆਨੰਦ ਐਵਨਿਊ ਐਸੋਸੀਏਸ਼ਨ ਵਿੱਚ ਲਾ ਰਹੇ ਨੇ। ਅਸੀਂ ਸਾਰੇ ਬੜੇ ਖੁਸ਼ ਹਾਂ ਅਤੇ ਇੱਥੋਂ ਦੇ ਰੈਜੀਡੈਂਟਸ ਮਾਣ ਮਹਿਸੂਸ ਕਰਦੇ ਆ ਕਿ ਮਲਿਕ ਸਾਹਿਬ ਨੇ ਜਿਹੜਾ ਸਾਨੂੰ ਤੋਹਫਾ ਦਿੱਤਾ ਉਹ ਇੱਕ ਵਡਮੁੱਲਾ ਤੋਹਫਾ ਹੈ। ਅਤੇ ਅੱਜ ਮਲਿਕ ਸਾਹਿਬ ਅੱਜ ਇੱਥੇ ਆਣ ਕੇ ਇਹ ਉਦਘਾਟਨ ਕਰਕੇ ਗਏ ਨੇ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।